ਜ਼ਿਲ੍ਹਾ ਮੋਹਾਲੀ ਦੇ ਪ੍ਰਸ਼ਾਸਨ ਨੇ ਡਿਪਟੀ ਕਮਿਸ਼ਨਰ ਆਸ਼ਕਾ ਜੈਨ ਚਾਰ ਵੱਡੇ ਹੁਕਮ ਸੁਣਾਏ ਨੇ। ਲਿਖਤੀ ਰੂਪ ਦੇ ਵਿੱਚ ਇਹ ਗੱਲ ਲੋਕਾਂ ਤੱਕ ਪਹੁੰਚਾ ਦਿੱਤੀ ਹੈ ਕਿ ਇਹਨਾਂ ਗੱਲਾਂ ਤੋਂ ਪਰਹੇਜ਼ ਕਰਨਾ। ਉਸ ਦੇ ਵਿੱਚ ਇੱਕ ਤਾਂ ਹਥਿਆਰ ਰੱਖਣ ਨੂੰ ਲੈ ਕੇ 10 ਅਕਤੂਬਰ 2023 ਤੱਕ ਇਹ ਹੁਕਮ ਲਾਗੂ ਰਹਿਣਗੇ। ਇੱਕ ਹਥਿਆਰ ਜਿਹੜੇ ਨੇ ਉਹ ਖੁੱਲ੍ਹੇਆਮ ਲੈ ਕੇ ਤੁਸੀਂ ਨਹੀਂ ਘੁੰਮ ਸਕਦੇ। ਧਾਰਾ 144 ਦੇ ਅਧੀਨ ਇਹ ਫੈਸਲਾ ਲਿਆ ਗਿਆ। ਇੱਕ ਮੀਟ ਦੀ ਦੁਕਾਨ ਹੈ ਜਿਹੜੀ, ਮਾਸ ਦੀਆਂ ਦੁਕਾਨਾਂ ਨੇ ਜਿਹੜੀਆਂ, ਉਹ 1000 ਮੀਟਰ ਦੇ ਕਿਹੜੇ ਦਾਇਰੇ ਤੋਂ ਅੰਦਰ ਅੰਦਰ ਨਹੀਂ ਖੁੱਲ੍ਹ ਸਕਦੀਆਂ, ਉਹ ਸਾਰੀਆਂ ਚੁਕਵਾ ਦਿੱਤੀਆਂ ਜਾਣਗੀਆਂ। ਇੱਕ ਇਹ ਫੈਸਲਾ ਲਿਆ ਗਿਆ ਅਤੇ ਨਾਲ ਹੀ ਜਿਹੜੇ ਕਿਰਾਏਦਾਰ ਨੇ ਉਹਨਾਂ ਨੂੰ ਆਪਣਾ ਪੂਰਾ ਪਛਾਣ ਪੱਤਰ ਨੇ ਜਿਹੜੇ, ਜਾਂ ਮਾਲਕ ਨੇ, ਉਹਨਾਂ ਨੂੰ ਸਾਰੇ ਦੇ ਸਾਰੇ ਉਹ ਨੇ ਡਾਕੂਮੈਂਟ ਜਮ੍ਹਾਂ ਕਰਵਾਉਣੇ ਪੈਣਗੇ ਸਮੇਂ ਸਿਰ ਦੇ ਉੱਤੇ, ਕਿਉਂਕਿ ਸਹਾਰਾ ਲਿਆ ਜਾਂਦਾ। ਜਿਹੜੇ PG ਹੁੰਦੇ ਨੇ ਉੱਥੇ ਮਾੜੇ ਅੰਸਰ ਵੀ ਆ ਕੇ ਰਹਿੰਦੇ ਨੇ, ਲੁਕਦੇ ਨੇ, ਅਤੇ ਉਹਨਾਂ ਦਾ ਫਿਰ ਪਤਾ ਨਹੀਂ ਲੱਗਦਾ ਬਿਨਾਂ ਪਛਾਣ ਪੱਤਰਾਂ ਤੋਂ। ਇੱਕ ਇਹ ਵੀ ਹੁਕਮ ਜਾਰੀ ਕੀਤਾ ਗਿਆ। ਇਸ ਤੋਂ ਇਲਾਵਾ ਜਿਹੜਾ ਹੁਕਮ ਜਾਰੀ ਕੀਤਾ ਗਿਆ ਕਿ ਇੱਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਹੈ ਉਸਦੇ 100 ਮੀਟਰ ਦੇ ਨੇੜੇ ਤੇੜੇ ਕੋਈ ਧਰਨਾ ਮੁਜ਼ਾਰਾ ਨਹੀਂ ਲੱਗ ਸਕਦਾ। ਇਸੇ ਦੇ ਨਾਲ ਹੀ ਇੱਕ ਹੁਕਮ ਹੋਰ ਹੈ ਕਿ ਜਿਹੜੇ ਬੇਰੁਜ਼ਗਾਰ ਹੋਣ, ਕਿਸਾਨ ਹੋਣ, ਕਿਉਂਕਿ ਵੱਡੀ ਕਾਲ ਦਿੱਤੀ ਗਈ ਹੈ ਚੰਡੀਗੜ੍ਹ ਆਉਣ ਨੂੰ, ਤਾਂ ਸੁਭਾਵਿਕ ਜੀ ਗੱਲ ਹੈ ਕਿ ਨਾਲ ਮੋਹਾਲੀ ਪੈਂਦਾ ਜ਼ਿਲ੍ਹਾ, ਤਾਂ ਉੱਥੇ ਕਿਸਾਨ ਆ ਕੇ ਰੁਕਦੇ ਨੇ। ਇੱਕ ਕੌਮ ਇਨਸਾਫ ਮੋਰਚਾ ਪਹਿਲਾਂ ਤੋਂ ਹੀ ਕਾਫੀ ਲੰਮੇ ਸਮੇਂ ਤੋਂ ਲੱਗਿਆ ਹੋਇਆ ਹੈ, ਤਾਂ ਟੈਂਕੀਆਂ 'ਤੇ ਚੜ੍ਹਨ ਕੋਈ ਜਾਂ ਕੋਈ ਧਰਨਾ ਮੁਜ਼ਾਰਾ ਕਰੇ ਉਸ ਤੋਂ ਵੀ ਮਨਾਹੀ ਕਰ ਦਿੱਤੀ ਗਈ ਹੈ। ਪਬਲਿਕ ਪ੍ਰੋਪਰਟੀ ਦੀਆਂ ਇਮਾਰਤਾਂ ਦੇ ਉੱਤੇ ਚੜ੍ਹਨਗੇ ਅਤੇ ਉਹ ਵੀ ਧਰਨਾ ਜਿਹੜਾ 144 ਧਾਰਾ ਦੇ ਵਰਤਦਿਆਂ ਹੋਇਆਂ, ਉਸ 'ਤੇ ਵੀ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ। 10 ਅਕਤੂਬਰ 2023 ਤੱਕ ਦਾ ਇਹ ਹੁਕਮ ਸੁਣਾਏ ਗਏ ਨੇ ਡਿਪਟੀ ਕਮਿਸ਼ਨਰ ਮੋਹਾਲੀ ਦੇ ਵੱਲੋਂ। ਤਾਂ ਅਸੀਂ ਇੱਕ ਇੱਕ ਕਰਕੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ। ਜਿਹੜੇ 3-4 ਵੱਡੇ ਹੁਕਮ ਸੁਣਾਏ ਗਏ ਨੇ, ਇਹ ਕਿਹੜੇ ਸੰਦਰਭ ਦੇ ਵਿੱਚ ਫੈਸਲਾ ਲਿਆ ਗਿਆ ਅਤੇ ਕੀ ਇਸ ਦੇ ਨਾਲ ਇਹਨਾਂ ਹੁਕਮਾਂ ਨੂੰ ਆਮ ਲੋਕ ਮੰਨਣਗੇ ਜਾਂ ਨਹੀਂ ਮੰਨਣਗੇ, ਇੱਕ ਆਪਣੇ ਆਪ 'ਚ ਵੱਡਾ ਸਵਾਲ ਹੈ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਹਥਿਆਰਾਂ ਦੇ ਜਨਤਕ ਪ੍ਰਦਰਸ਼ਨ 'ਤੇ ਜਿਹੜੀ ਪਾਬੰਦੀ ਲਗਾਈ ਗਈ ਹੈ। ਉਲੰਘਣਾ ਕਰਨ ਵਾਲਿਆਂ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਚੇਤਾਵਨੀ ਦੇ ਦਿੱਤੀ ਗਈ ਹੈ। ਜ਼ਿਲ੍ਹੇ 'ਚ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਜ਼ਿਲ੍ਹਾ ਮੈਜਿਸਟ੍ਰੇਟ ਆਸ਼ਿਕਾ ਜੈਨ ਨੇ ਫੌਜਦਾਰੀ ਜ਼ਾਬਤਾ ਦੀ ਧਾਰਾ ਜਿਹੜੀ 144 ਅਧੀਨ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆਂ SAS ਨਗਰ ਦੇ ਵਿੱਚ ਹਥਿਆਰਾਂ ਦੇ ਜਨਤਕ ਪ੍ਰਦਰਸ਼ਨ 'ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ। ਇਸ ਦੇ ਨਾਲ ਨਾਲ ਹਥਿਆਰਾਂ ਜਾਂ ਹਿੰਸਾ ਦੀ ਵਡਿਆਈ ਕਰਨ ਵਾਲੇ ਗੀਤਾਂ 'ਤੇ ਵੀ ਮੁਕੰਮਲ ਪਾਬੰਦੀ ਰਹੇਗੀ। ਇਸ ਤੋਂ ਇਲਾਵਾ ਜਨਤਕ ਇਕੱਠਾਂ, ਧਾਰਮਿਕ ਸਥਾਨਾਂ, ਵਿਆਹ ਪਾਰਟੀਆਂ ਜਾਂ ਹੋਰ ਸਮਾਗਮਾਂ ਵਿੱਚ ਹਥਿਆਰ ਲਿਜਾਣ ਅਤੇ ਪ੍ਰਦਰਸ਼ਨ ਕਰਨ 'ਤੇ ਪੂਰਨ ਤੌਰ ਦੇ ਉੱਤੇ ਮਨਾਹੀ ਹੋਵੇਗੀ, ਪਾਬੰਦੀ ਹੋਵੇਗੀ। ਜਿਹੜੇ ਕਿਸੇ ਭਾਈਚਾਰੇ ਵਿਰੁੱਧ ਨਫ਼ਰਤ ਭਰਿਆ ਭਾਸ਼ਣ ਦੇਣ 'ਤੇ ਵੀ ਪਾਬੰਦੀ ਲਗਾਈ ਗਈ ਹੈ। ਔਰ ਨਾਲ ਹੀ ਡਿਪਟੀ ਕਮਿਸ਼ਨਰ ਦੇ ਵੱਲੋਂ ਇਹ ਹਵਾਲਾ ਦਿੱਤਾ ਗਿਆ, ਜੇਕਰ ਕੋਈ ਵੀ ਆਮ ਅਤੇ ਖਾਸ ਇਹਨਾਂ ਹੁਕਮਾਂ ਦੀ ਉਲੰਘਣਾ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਅਤੇ ਇਹ ਹੁਕਮ 10 ਅਕਤੂਬਰ 2023 ਤੱਕ ਘੱਟੋ ਘੱਟ ਲਾਗੂ ਰਹਿਣਗੇ। ਇਸ ਦੇ ਨਾਲ ਹੀ ਜੇਕਰ ਅਗਲੇ ਹੁਕਮ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਇਹ ਕਿਹਾ ਗਿਆ ਕਿ ਜਿਹੜੇ ਜ਼ਿਲ੍ਹੇ ਵਿੱਚ ਬਣੀਆਂ ਪਾਣੀ ਦੀਆਂ ਟੈਂਕੀਆਂ ਨੇ ਜਾਂ ਟਿਊਬਵੈੱਲ ਦੀਆਂ ਇਮਾਰਤਾਂ ਨੇ ਜਾਂ ਹੋਰ ਸਰਕਾਰੀ ਇਮਾਰਤਾਂ ਨੇ, ਮੋਬਾਈਲ ਟੈਲੀਫੋਨ ਟਾਵਰ ਨੇ, ਸਰਕਾਰੀ ਨਿੱਜੀ ਇਮਾਰਤਾਂ ਉੱਪਰ ਚੜ੍ਹਨ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ। ਆਮ ਤੌਰ 'ਤੇ ਦੇਖਿਆ ਜਾਂਦਾ ਹੈ ਜਿਹੜੇ ਅਧਿਆਪਕ ਨੇ ਜਾਂ ਬੇਰੁਜ਼ਗਾਰ ਨੇ, ਕਿਸਾਨ ਨੇ, ਕਈ ਤਰ੍ਹਾਂ ਦੇ ਰੂਪ ਕਰਦੇ ਨੇ, ਉਹ ਧਰਨਾ ਪ੍ਰਦਰਸ਼ਨ ਕਰਦੇ ਨੇ, ਸਿਹਤ ਕਾਮੇ ਨੇ ਉਹ ਵੀ ਪ੍ਰਦਰਸ਼ਨ ਕਰਦੇ ਨੇ, ਰੋਸ ਦੇ ਵਿੱਚ ਆ ਕੇ ਕਾਫੀ ਕੁਝ ਹੋ ਜਾਂਦਾ। ਉਸ ਨੂੰ ਲੈ ਕੇ ਵੀ 1973-74 ਦਾ ਐਕਟ ਨੰਬਰ 2 ਦੀ ਧਾਰਾ 144 ਅਧੀਨ ਅਧਿਕਾਰਾਂ ਦੀ ਵਰਤੋਂ ਕਰਦੇ ਹੋਇਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਹੁਕਮ ਜਾਰੀ ਕੀਤੇ ਨੇ ਕਿ ਇਸ ਜ਼ਿਲ੍ਹੇ ਦੀ ਹਦੂਦ ਦੇ ਵਿੱਚ ਬਣੀਆਂ ਸਮੂਹ ਪਾਣੀ ਦੀਆਂ ਟੈਂਕੀਆਂ, ਮੋਬਾਈਲ ਟਾਵਰ ਅਤੇ ਸਰਕਾਰੀ ਅਤੇ ਨਿੱਜੀ ਜਿਹੜੀਆਂ ਇਮਾਰਤਾਂ ਨੇ ਉਸ ਦੇ ਉੱਪਰ ਚੜ੍ਹ ਕੇ ਕੋਈ ਪ੍ਰਦਰਸ਼ਨ ਕਰਦਾ ਅਤੇ ਉਸ 'ਤੇ ਪੂਰੀ ਤਰ੍ਹਾਂ ਪਾਬੰਦੀ ਹੈ। ਇਹਨਾਂ ਹੁਕਮਾਂ ਵਿੱਚ ਕਿਹਾ ਗਿਆ ਕਿ ਜ਼ਿਲ੍ਹੇ ਵਿੱਚ ਹੋ ਰਹੀਆਂ ਘਟਨਾਵਾਂ ਸੰਬੰਧੀ ਆਏ ਦਿਨ ਵੱਖ ਵੱਖ ਜਥੇਬੰਦੀਆਂ, ਯੂਨੀਅਨਾਂ ਅਤੇ ਆਮ ਪਬਲਿਕ ਵੱਲੋਂ ਆਪਣੀਆਂ ਮੰਗਾਂ ਮਨਵਾਉਣ ਲਈ ਸ਼ਹਿਰਾਂ ਵਿੱਚ ਬਣੀਆਂ ਹੋਈਆਂ ਇਹਨਾਂ ਥਾਵਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਹੜੀ ਕਿ ਸਰਾਸਰ ਗਲਤ ਦੱਸਦਾ ਹੈ ਪ੍ਰਸ਼ਾਸਨ। ਪਰ ਆਮ ਲੋਕ ਜਿਹੜੇ ਕਹਿੰਦੇ ਨੇ ਸਾਨੂੰ ਬੋਲਣ ਦਾ ਹੱਕ ਹੈ, ਆਜ਼ਾਦੀ ਹੈ, ਅਸੀਂ ਆਪਣੇ ਹੱਕਾਂ ਦੀ ਮੰਗ ਕਰ ਸਕਦੇ ਹਾਂ, ਲੋਕਤੰਤਰ ਸਾਨੂੰ ਇਸ ਦੀ ਆਗਿਆ ਦਿੰਦਾ ਹੈ, ਤਾਂ ਅਸੀਂ ਉਸ ਦੇ ਤਹਿਤ ਹੀ ਧਰਨੇ ਮੁਜ਼ਾਹਰੇ ਕਰਾਂਗੇ, ਸਾਨੂੰ ਕੋਈ ਵੀ ਪ੍ਰਸ਼ਾਸਨ ਨਹੀਂ ਰੋਕ ਸਕਦਾ। ਜਿਹੜੀਆਂ ਇਮਾਰਤਾਂ ਨੇ ਜਾਂ ਪਾਣੀ ਦੀਆਂ ਟੈਂਕੀਆਂ ਨੇ, ਰੋਸ ਵਿਖਾਵੇ ਲਈ ਚੜ੍ਹਨਾ ਪੈਂਦਾ, ਨਹੀਂ ਤਾਂ ਸਰਕਾਰ ਜਾਂ ਪ੍ਰਸ਼ਾਸਨ ਸਾਡੀ ਗੱਲ ਤੱਕ ਨਹੀਂ ਸੁਣਦੇ। ਇਹ ਹੁਕਮ ਵੀ ਪ੍ਰਸ਼ਾਸਨ ਵੱਲੋਂ ਨੇ ਜਿਹੜੇ 10 ਅਕਤੂਬਰ 2023 ਤੱਕ ਲਾਗੂ ਰੱਖਣ ਦੇ ਹੁਕਮ ਦਿੱਤੇ ਗਏ ਨੇ। ਹਾਲਾਂਕਿ ਜੇ ਕਈ ਹੁਕਮ ਨੇ ਜਿਹੜੇ ਸਮੇਂ-ਸਮੇਂ 'ਤੇ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਤਾਂ ਕਰ ਦਿੱਤੇ ਜਾਂਦੇ ਨੇ, ਲੋਕਾਂ ਨੂੰ ਚੇਤਾ ਕਰਵਾ ਦਿੱਤਾ ਜਾਂਦਾ ਹੈ ਕਿ ਇਸ ਤਰ੍ਹਾਂ ਦੇ ਅਸੀਂ ਹੁਕਮ ਜਾਰੀ ਕੀਤੇ ਨੇ, ਇਸ ਦੀ ਕੋਈ ਸਮਾਂ ਸੀਮਾ ਜਿਹੜੀ ਹੈ ਕਾਗਜ਼ੀ ਤੌਰ ਦੇ ਉੱਤੇ ਤਾਂ ਨਿਰਧਾਰਿਤ ਕੀਤੀ ਜਾਂਦੀ ਹੈ, ਪਰ ਇਹਨਾਂ ਨੂੰ ਲਗਾਤਾਰ ਐਕਸਟੈਂਡ ਵੀ ਕੀਤਾ ਜਾਂਦਾ ਰਿਹਾ, ਅੱਗੇ ਵੀ ਵਧਾ ਦਿੱਤਾ ਜਾਂਦਾ ਇਸ ਦੀ ਵੈਲਿਡਿਟੀ ਨੂੰ। ਇੱਕ ਹੋਰ ਜਿਹੜਾ ਪ੍ਰਬੰਧ ਹੁਕਮ ਜਿਹੜਾ ਦਿੱਤਾ ਗਿਆ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਅੰਦਰ ਅਤੇ ਬਾਹਰ 100 ਮੀਟਰ ਦੇ ਘੇਰੇ ਅੰਦਰ ਕੋਈ ਵੀ ਧਰਨਾ ਮੁਜ਼ਾਹਰਾ ਨਹੀਂ ਲਗਾ ਸਕਦਾ।
ਇੱਥੇ ਦੱਸਦੀ ਹੈ ਕਿ ਪਹਿਲਾਂ ਜਿਵੇਂ ਕੌਮੀ ਇਨਸਾਫ਼ ਮੋਰਚਾ ਲੱਗਿਆ, ਬੇਸ਼ੱਕ ਉਹ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਕਾਫ਼ੀ ਦੂਰ ਹੈ, ਪਰ ਜ਼ਿਲ੍ਹੇ ਦੀ ਹਦੂਦ ਦੇ ਅੰਦਰ ਹੈ, ਚੰਡੀਗੜ੍ਹ ਮੋਹਾਲੀ ਬਾਰਡਰ ਦੇ ਉੱਤੇ ਲੱਗਿਆ ਹੋਇਆ। ਇਸੇ ਤਰ੍ਹਾਂ ਜੇਕਰ ਕਿਸਾਨ ਵੱਡੀ ਗਿਣਤੀ 'ਚ ਟਰੈਕਟਰ ਟਰਾਲੀਆਂ ਲੈ ਕੇ ਪੁੱਜੇ, ਜੇਕਰ ਚੰਡੀਗੜ੍ਹ ਉਹਨਾਂ ਨੂੰ ਨਾ ਜਾਣ ਦਿੱਤਾ ਗਿਆ, ਰੋਕਾਂ ਵੱਡੀਆਂ ਲਗਾ ਦਿੱਤੀਆਂ ਗਈਆਂ, ਤਾਂ ਫਿਰ ਸੁਭਾਵਕ ਹੈ ਕਿ ਉਹ ਮੋਹਾਲੀ ਦੇ ਵਿੱਚ ਹੀ ਲੰਮੇ ਸਮੇਂ ਲਈ ਮੋਰਚਾ ਲਗਾ ਸਕਦੇ ਨੇ, ਪੱਕਾ ਮੋਰਚਾ ਚੱਲ ਸਕਦਾ। ਖਾਸ ਕਰਕੇ ਗੁਰਦੁਆਰਾ ਅੰਬ ਸਾਹਿਬ ਜਿਹੜਾ ਕਿ ਫੇਜ਼ 7-8 ਦਾ ਜਿਹੜਾ ਉਹ ਇਲਾਕਾ ਹੈ ਮੋਹਾਲੀ ਦਾ, ਉੱਥੇ ਆਮ ਤੌਰ ਦੇ ਉੱਤੇ ਜਿਹੜੀਆਂ ਨੇ ਧਰਨੇ, ਪ੍ਰਦਰਸ਼ਨ, ਰੋਸ ਮੁਜ਼ਾਹਰੇ ਕਿਸਾਨਾਂ ਦੇ ਆਮ ਤੌਰ 'ਤੇ ਦੇਖਣ ਨੂੰ ਮਿਲਦੇ ਨੇ। ਨਾਲ ਹੀ ਇਹ ਸਪਸ਼ਟ ਕੀਤਾ ਗਿਆ ਕਿ ਮੰਗ ਪੱਤਰ ਵਗੈਰਾ ਦੇਣ ਲਈ 5 ਵਿਅਕਤੀਆਂ ਤੋਂ ਘੱਟ ਗਿਣਤੀ ਵਿੱਚ ਵਿਅਕਤੀ ਇਸ ਚਾਰਦਵਾਰੀ ਦੇ ਮੁੱਖ ਗੇਟ ਵਿੱਚੋਂ ਲੰਘ ਕੇ ਇਸ ਦਫ਼ਤਰ ਵਿੱਚ ਆਉਣ ਦੇ ਉੱਤੇ ਕੋਈ ਪਾਬੰਦੀ ਨਹੀਂ ਹੋਵੇਗੀ। ਇਹ ਹੁਕਮ 10 ਅਕਤੂਬਰ 2023 ਤੱਕ ਲਾਗੂ ਰਹਿਣਗੇ। ਕਿ ਕਿਸੇ ਨੇ ਮੰਗ ਪੱਤਰ ਵੀ ਦੇਣਾ ਤਾਂ 5 ਵਿਅਕਤੀਆਂ ਤੋਂ ਘੱਟ ਨੇ ਜਿਹੜੇ ਉਹ ਇਕੱਠੇ ਹੋ ਕੇ ਮੰਗ ਪੱਤਰ ਦੇਣ ਲਈ ਆ ਸਕਦੇ ਨੇ, ਉਸ ਦੇ ਉੱਤੇ ਕੋਈ ਪਾਬੰਦੀ ਨਹੀਂ ਹੈ। ਪਰ ਹੁਣ ਸਵਾਲ ਇਹ ਹੈ ਕਿ ਜਿਹੜੇ ਲੋਕ ਆਪਣੀਆਂ ਮੰਗਾਂ ਮਨਾਉਣਾ ਚਾਹੁੰਦੇ ਨੇ, ਚਾਹੇ ਕਿਸਾਨ ਨੇ, ਚਾਹੇ ਕਿਸੇ ਹੋਰ ਵਰਗ ਨਾਲ ਸੰਬੰਧਿਤ ਨੇ, ਚਾਹੇ ਛੋਟੇ ਵਪਾਰੀ ਨੇ, ਦੁਕਾਨਦਾਰ ਨੇ, ਸਿਹਤ ਕਾਮੇ ਨੇ, ਇੱਥੋਂ ਤੱਕ ਕਿ ਆਮ ਲੋਕ ਨੇ ਜਿਹਨਾਂ ਨਾਲ ਕੋਈ ਨਾ ਕੋਈ ਵਧੀਕੀ ਹੋਈ ਹੁੰਦੀ ਹੈ, ਤਾਂ ਕੀ ਉਹ ਇਹਨਾਂ ਹੁਕਮਾਂ ਨੂੰ ਮੰਨਣਗੇ ਜਾਂ ਫਿਰ ਆਪਣੇ ਹਿਸਾਬ ਦੇ ਨਾਲ ਹੀ ਰੋਸ ਪ੍ਰਦਰਸ਼ਨ ਕਰਨਗੇ? ਤਾਂ ਇਸ ਤਰ੍ਹਾਂ ਦੀਆਂ ਪਾਬੰਦੀਆਂ ਨੇ ਜਿਹੜੀਆਂ ਉਹ ਲਗਾਈਆਂ ਗਈਆਂ ਨੇ। ਅਤੇ ਇੱਕ ਜਿਹੜੀ ਹੋਰ ਧਿਆਨ ਦੇਣ ਵਾਲੀ ਗੱਲ ਹੈ, ਇੱਕ ਹੁਕਮ ਹੋਰ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਨੇ ਜਾਰੀ ਕੀਤਾ ਹੈ, ਉਹ ਵੀ ਵੱਡਾ ਹੁਕਮ ਹੈ। 에ਅਰਫੋਰਸ ਸਟੇਸ਼ਨ ਹੈ ਜਿਹੜਾ ਮੋਹਾਲੀ ਦੇ ਅੰਦਰ, ਉਸਦੇ 1000 ਮੀਟਰ ਦੇ ਅੰਦਰ ਅੰਦਰ, ਯਾਨੀ ਕਿ 1 ਕਿਲੋਮੀਟਰ ਦੇ ਆਲੇ ਦੁਆਲੇ ਮੀਟ ਦੀਆਂ ਦੁਕਾਨਾਂ ਚਲਾਉਣ 'ਤੇ ਪੂਰਨ ਤਰ੍ਹਾਂ ਜਿਹੜੀ ਹੈ ਪਾਬੰਦੀ ਲਗਾਈ ਗਈ ਹੈ। 에ਅਰਫੋਰਸ ਸਟੇਸ਼ਨ ਤੋਂ 1 ਕਿਲੋਮੀਟਰ ਦੇ ਏਰੀਏ ਦੇ ਅੰਦਰ ਅੰਦਰ ਜਾਂ ਆਲੇ ਦੁਆਲੇ ਮੀਟ ਦੀਆਂ ਦੁਕਾਨਾਂ ਚਲਾਉਣ 'ਤੇ ਪੂਰਨ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਵੀ 144 ਧਾਰਾ ਦੇ ਅਧੀਨ ਹੀ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆਂ 에ਅਰਫੋਰਸ ਸਟੇਸ਼ਨ ਤੋਂ 1 ਕਿਲੋਮੀਟਰ ਦੇ ਅੰਦਰ ਅੰਦਰ ਜਿਹੜੀ ਹਦੂਦ ਹੈ ਜਾਂ ਉਸਦੇ ਆਲੇ ਦੁਆਲੇ ਕਿਸੇ ਵੀ ਤਰ੍ਹਾਂ ਦੀ ਮੀਟ ਦੀ ਦੁਕਾਨ, ਚਾਹੇ ਉਹ ਖੋਖੇ 'ਚ ਚੱਲਦੀ ਹੈ ਜਾਂ ਬੂਥ 'ਚ ਚੱਲਦੀ ਹੈ ਜਾਂ ਕਿਸੇ ਵੀ ਤਰ੍ਹਾਂ ਚੱਲਦੀ ਹੈ, ਉਸ ਦੇ ਉੱਤੇ ਵੀ ਪਾਬੰਦੀ ਹੋਵੇਗੀ। 에ਅਰਫੋਰਸ ਸਟੇਸ਼ਨ ਜਿਹੜਾ ਅਥਾਰਟੀ ਚੰਡੀਗੜ੍ਹ ਨੇ ਜ਼ਿਲ੍ਹਾ ਮੈਜਿਸਟ੍ਰੇਟ ਦਫ਼ਤਰ ਦੇ ਧਿਆਨ ਵਿੱਚ ਲਿਆਂਦਾ ਹੈ ਕਿ 에ਅਰਫੋਰਸ ਸਟੇਸ਼ਨ ਦੇ ਆਲੇ ਦੁਆਲੇ ਆਮ ਜਨਤਾ ਵੱਲੋਂ ਕਈ ਖਾਣ ਪੀਣ ਦੀਆਂ ਦੁਕਾਨਾਂ ਖੋਲ੍ਹੀਆਂ ਗਈਆਂ ਨੇ, ਉਹਨਾਂ ਵਿੱਚੋਂ ਇਹਨਾਂ ਵਸਤਾਂ ਦੀ ਰਹਿੰਦ ਖੂੰਹਦ ਖੁੱਲ੍ਹੇ ਵਿੱਚ ਹੀ ਸੁੱਟ ਦਿੱਤੀ ਜਾਂਦੀ ਹੈ, ਜਿਸ ਕਰਕੇ 에ਅਰਫੋਰਸ ਦੇ ਏਰੀਏ ਵਿੱਚ ਮਾਸਾਹਾਰੀ ਪੰਛੀ ਉੱਡਦੇ ਰਹਿੰਦੇ ਨੇ। ਇਹਨਾਂ ਦੇ ਉੱਡਣ ਨਾਲ ਕਿਸੇ ਵੀ ਹਵਾਈ ਜਹਾਜ਼ ਨਾਲ ਟਕਰਾਉਣ ਕਰਕੇ ਹਾਦਸਾ ਵਾਪਰਨ ਦਾ ਡਰ ਬਣਿਆ ਰਹਿੰਦਾ, ਜੋ ਕਿ ਰਾਸ਼ਟਰੀ ਸੁਰੱਖਿਆ ਲਈ ਵੀ ਖਤਰੇ ਦਾ ਕਾਰਨ ਬਣਦਾ ਹੈ। ਫੌਜ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਵਿੱਚ ਵੀ ਵਿਘਨ ਪੈ ਸਕਦਾ ਹੈ। ਇਸ ਦੇ ਨਤੀਜੇ ਵਜੋਂ ਅਮਨ ਅਤੇ ਕਾਨੂੰਨ ਦੀ ਸਥਿਤੀ ਭੰਗ ਹੋਣ ਦਾ ਖਦਸ਼ਾ ਵੀ ਬਣਿਆ ਰਹਿੰਦਾ। ਇਹ ਹਵਾਲੇ ਦਿੰਦਿਆਂ ਹੋਇਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਇਹ ਫੈਸਲਾ ਲਿਆ ਕਿ ਮੀਟ ਦੀਆਂ ਦੁਕਾਨਾਂ ਇੱਥੇ ਨਹੀਂ ਚੱਲਣਗੀਆਂ। ਹਵਾਈ ਜਹਾਜ਼ਾਂ ਨਾਲ ਕੋਈ ਹਾਦਸਾ ਨਾ ਵਾਪਰੇ, ਕੋਈ ਜਾਨੀ ਅਤੇ ਮਾਲੀ ਨੁਕਸਾਨ ਨਾ ਹੋਵੇ, ਅਮਨ ਕਾਨੂੰਨ ਦੀ ਵਿਵਸਥਾ ਕਾਇਮ ਰੱਖੀ ਜਾਵੇ। ਇਹ ਪਾਬੰਦੀ ਹੁਕਮ ਜਿਹੜੇ ਨੇ, ਪਾਬੰਦੀ ਦੇ ਹੁਕਮ ਇਸੇ ਕਰਕੇ ਜਾਰੀ ਕੀਤੇ ਗਏ ਨੇ, ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਕਿਹਾ ਗਿਆ। ਇਹ ਵੀ ਹੁਕਮ 10 ਅਕਤੂਬਰ 2023 ਤੱਕ ਜਾਰੀ ਕੀਤੇ ਗਏ ਨੇ। ਹੁਣ ਇਹਨਾਂ 4 ਤੋਂ 5 ਜਿਹੜੇ ਵੱਡੇ ਹੁਕਮ ਨੇ, ਇਹ ਜਿਹੜੇ ਜਾਰੀ ਕੀਤੇ ਗਏ ਨੇ, ਇਸ ਦੇ ਨਾਲ ਤੁਸੀਂ ਕਿੰਨਾ ਕੁ ਇਤਫਾਕ ਰੱਖਦੇ ਹੋ ਕਿ ਵਾਕਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਹਨਾਂ ਗੱਲਾਂ ਦਾ ਫਿਕਰ ਹੈ, ਉਸ ਦੇ ਵਿੱਚੋਂ ਲਿਆ ਗਿਆ ਫੈਸਲਾ ਠੀਕ ਹੈ, ਲੋਕਾਂ ਦੇ ਹਿੱਤ ਵਿੱਚ ਹੈ, ਜਾਂ ਫਿਰ ਇਸ ਦੇ ਉੱਤੇ ਲੋਕ ਕੁਝ ਹੋਰ ਸੋਚਦੇ ਨੇ? ਤੁਹਾਡੀ ਕੀ ਖੁਦ ਨਿੱਜੀ ਤੌਰ 'ਤੇ ਰਾਏ ਹੈ, ਤੁਸੀਂ ਆਪਣੀ ਕਮੈਂਟ ਬਾਕਸ ਦੇ ਵਿੱਚ ਰਾਏ ਸਾਂਝੀ ਕਰ ਸਕਦੇ ਹੋ। ਜਦ ਤੱਕ ਕੋਈ ਨਵਾਂ ਅਪਡੇਟ ਆਉਂਦਾ, ਤਦ ਤੱਕ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ।